ਅੱਜ ਕੱਲ ਲਵਾਉਂਦੇ ਵੀ ਨੇ ਲੋਕੀ ਕਹਿੰਦੇ ਨੇ ਕਿ ਹਾਂ ਜੀ ਹਾਂ ਲਾਉਂਦੇ ਆ ਜੀ ਹੁਣ ਜੀ ਮੈਂ ਜਾਣਾ ਜੀ ਆਪਣਾ ਸੁਧਾਣੇ ਪਿੰਡ 'ਚ ਜਾਣਾ ਜੀ ਅੱਛਾ ਹਾਂ ਜੀ ਉੱਥੇ ਸੁਧਾਣੇ ਪਿੰਡ ਹਾਂ ਜੀ ਹਾਂ ਉੱਥੇ 5 ਦਿਨ ਲਾ ਕੇ ਆਉਣਾ ਜੀ ਸਾਨੂੰ ਕੋਈ ਨਹੀਂ ਕਹਿੰਦਾ ਜੀ ਮੈਂ ਜੀ ਹੁਣ ਇੱਧਰ ਲਾ ਕੇ ਆ ਝਨੀਰਕੋਲ ਲਾ ਕੇ ਆ ਜੀ ਉੱਥੇ ਰਾਤ ਨੂੰ ਜੀ 12 ਵਜੇ ਤੱਕ ਮੁੰਡੇ ਵੀ ਜੀ 12 ਵਜੇ ਤੱਕ ਬੈਠੇ ਸੁਣਦੇ ਸੀ ਆਪਣਾ ਪ੍ਰੋਗਰਾਮ ਜੀ ਉਹ ਲੈ ਜੀ ਉਹਨਾਂ ਨੇ ਨਹੀਂ ਕਿਹਾ ਕਿ ਅੱਜ ਕੱਲ ਵਾਲੇ ਧਮਕਲੇ ਗਾਣੇ ਲਾ ਦੇ ਹਾਂ ਕਿਹੜਾ ਨਹੀਂ ਕਿਹਾ ਜੀ ਆਪਾਂ ਨੂੰ ਉਹ ਕਹਿੰਦੇ ਵੀ ਆਹੀ ਲਾ ਇਹ ਵਿੱਚ ਨੂੰ ਮੋਬਾਈਲ ਮੋਲ ਜਾਂ ਲਾ ਲਨੇ ਸੀਗੇ ਬੱਚੇ ਹੂੰ ਉਹ ਕਹਿੰਦੇ ਇਹ ਨਹੀਂ ਰੋਣਾ ਜੀ ਕਹਿੰਦੇ ਕਹਿੰਦੇ ਇਹੀ ਚਲਾਓ ਜੀ ਅੱਜ ਚਾਲ ਸੰਕੜੇ ਪਰ ਨਹੀਂ ਇਹ ਥੱਲੇ ਤੇੜੀ ਹੈ ਮੈਂ ਜੀ ਡੀਏ ਡੂਜੀ ਵਾਲੇ ਹੁੰਦਾ ਸੀ ਬੰਦ ਕਰਾ ਦਿੰਨੇ ਇਹ ਕਿੱਥੇ ਵਾਜ ਇਹਦੀ ਵਾਜ ਤਾਂ ਬੜੀ 5-5 ਕਿਲੋਮੀਟਰ ਵਾਜ ਪਛਾ ਦਿੰਨੇ ਜੀ ਇਹਦੀ 5 ਕਿਲੋਮੀਟਰ ਤੱਕ ਹਾਂ ਜੀ ਜਿਵੇਂ ਲਾਇ ਰਹੇ ਨੇ ਉੱਤੇ ਹਾਂ ਉੱਤੇ ਲਾਉਨੇ ਆ ਜੀ ਅਸੀਂ ਵਿਹਾਂ ਜਾ ਉੱਤੇ ਲਾਉਨੇ ਆ ਇਹ ਤਿੰਨ ਲਾਉਣੇ ਆ ਤੁਸੀਂ ਇੱਕ ਬਕਸਾ ਲਾਉਨੇ ਆ ਥੱਲੇ ਅੱਛਾ ਇਹ ਡਬਲ ਚੈਨਲ ਐਮਪਲੀਫਾਇਰ ਹੈ ਜੀ ਇੱਕ ਤੇ ਵਕਤ ਤੇ ਲੱਗਦੇ ਆ ਇੱਕ ਤੇ ਹਾਰਨ ਚੱਲਦੇ ਆ ਹਾਰਨ ਚੱਲਦੇ ਆ ਹਾਂ ਜੀ ਉਹ ਥੱਲੇ ਵਾਲਾ ਆਪਣੇ ਸੁਣਨ ਵਾਸਤੇ ਵੀ ਕਹੀ ਜੀ ਆਵਾਜ਼ ਵੀ ਵਧੀਆ ਆ ਰਹੀ ਹੈ ਆਵਾਜ਼ ਵੀ ਆਪਾਂ ਨੂੰ ਪਤਾ ਲੱਗੇ ਨਾ ਮੰਜੇ ਖੜੇ ਕਰਕੇ ਫਿਰ ਕਈ ਜਾਂਦੇ ਤਾਂ ਚਾਰ ਮੰਜਲੀ ਕੋਠੀ ਹੁੰਦੀ ਉੱਤੇ ਫਿਰ ਮੰਜੇ ਖੜੇ ਕਰਨੇ ਔਖੇ ਬਹੁਤ ਹੁੰਦੇ ਹੋਣਗੇ ਉੱਥੇ ਵੀ ਚੜਾ ਦਿੰਨੇ ਆ ਜੀ ਰਸਤੇ ਲਿਆਉਣੇ ਆ ਲੋਕ ਵੀ ਮੈਂ ਪਟਿਆਲੇ ਲਾ ਕੇ ਆਇਆ ਸੀਗਾ ਹੂੰ ਉਹਨਾਂ ਨੇ ਪੌੜੀਆਂ ਤੇ ਲੜੀਆਂ ਪਈਆਂ ਸੀਗੀਆਂ ਫਿਰ 20 ਮੀਟਰ ਪਟਿਆਲੇੋਂ ਆ ਕੇ ਰਸਤਾ ਲੈ ਕੇ ਗਏ ਉਹ ਸਪੈਸ਼ਲ ਹਾਂ ਜੀ ਕਿ ਭਾਈ ਮੰਝੇ ਉੱਤੇ ਜਾ ਤਾਂ ਚੜਾਉਣੇ ਆ ਹਾਂ ਮੰਝੇ ਵੀ ਕਿਰਾਏ ਤੇ ਲੈ ਕੇ ਗਏ ਜੀ ਚੰਗਾ ਲੱਗਦਾ ਹਾਂ ਜੀ ਹਾਂ ਵਧੀਆ ਜੀ ਲੋਕੀ ਕਿਤਨਾ ਕਿਤੇ ਅੱਜ ਦੇ ਸਮੇਂ ਦੇ ਪੁਰਾਣੇ ਸਮੇਂ ਨੂੰ ਲੋਕ ਥੋੜਾ ਜਿਹਾ ਭੁੱਲ ਜਾਂਦੇ ਨੇ ਜਦੋਂ ਆਏ ਦੁਬਾਰੇ ਫੇਰ ਆ ਗਿਆ ਜੀ ਦੁਬਾਰਾ ਆ ਰਿਹਾ ਹਾਂ ਜੀ ਹਾਂ ਦੁਬਾਰੇ ਫੇਰ ਆ ਗਿਆ ਕਹਿੰਦੇ ਮੱਛੀ ਮੱਛੀ ਪੱਥਰ ਚੱਟ ਕੇ ਮੁਰਗੀ ਹਾਂ ਜੀ ਹਾਂ ਜੀ ਲੱਗ ਰਿਹਾ ਹੈ ਕਿ ਉਹ ਸਮਾਂ ਕਿਤੇ ਨਾ ਕਿਤੇ ਦੁਬਾਰਾ ਫੇਰ ਘੁੰਮ ਕੇ ਆ ਜਾਊਗਾ ਹਾਂ ਜੀ ਹਾਂ ਤੁਹਾਨੂੰ ਖਰੀਦਿਆ ਸੀ ਮੇਰੇ ਚਾਚਾ ਦੇ ਸੀਗੇ ਜੀ ਹਾਂ ਉਹ ਛੜੇ ਸੀਗੇ ਜੀ ਅੱਛਾ ਉਹ ਕਰਦੇ ਹੁੰਦੇ ਸੀਗੇ ਇਹ ਕੰਮ ਉਹ ਤੋਂ ਮੈਨੂੰ ਇਹ ਲਲਕੀ ਜੀ ਪੈ ਗਈ ਮੈਂ ਇੱਕ ਵਾਰੀ ਬੰਦ ਵੀ ਕਰਤਾ ਸੀਗਾ ਬੰਦ ਕਾਦੇ ਕਰਤਾ ਸੀ ਵੈਸੇ ਜੀ ਮੇਰੇ ਡੀ ਜੇ ਜਿਹੜੇ ਜਾਨੇ ਆਗੇ ਸੀਗੇ ਜਦ ਹੂੰ ਮੇਰੇ ਇਸ ਕਰਕੇ ਆਪਣਾ ਘੱਟ ਕਰਤਾ ਸੀਗਾ ਫਿਰ ਚਲਾਉਣਾ ਹਟ ਗਏ ਸੀਗੇ ਕਸ਼ਟ ਆ ਗਿਆ ਸੀ ਹੂੰ ਹੁਣ ਫੇਰ ਜੀ ਆਪਣਾ ਦੁਬਾਰੇ ਫੇਰ ਇਹੀ ਇਹੀ ਆ ਗਏ ਵੇ ਅੱਜ ਕੱਲ੍ਹ ਚੱਲ ਰਿਹਾ ਜੀ ਹੁਣ ਲੋਹੜੀ ਤੋਂ ਬਾਅਦ ਅਸੀਂ ਹੁਣ 2 ਮਹੀਨੇ ਨਾਲ ਅਸੀਂ ਘਰਾਂ ਨਹੀਂ ਫੜਦੇ ਸੀਗੇ ਬਾਹਰੋਂ ਵੀ ਬਾਹਰ ਹੀ ਪ੍ਰੋਗਰਾਮ ਆਈ ਜਾਂਦੇ ਸੀ ਇਹਨਾ ਉਹ ਹੁੰਦਾ ਜੀ ਕੋਈ ਦਿਨ ਨਹੀਂ ਬਹਿਲਾ ਰਹੇ ਕੰਨੇ ਦਾ 70 ਰੁਪਏ ਰਹੀ ਗਏ 70 ਰੁਪਏ ਤਿੰਨ ਦਿਨ ਦਾ 70 ਰੁਪਏ ਹਾਂ ਵੀ ਅੱਜ ਮੇਲ ਹੋ ਗਿਆ ਜੀ ਹੂੰ ਅਗਲੇ ਦਿਨ ਨੂੰ ਦੁਪਹਿਰੇ ਤੋਂ ਬਰਾ ਚੜ ਗਈ ਫਿਰ ਗਾਂ ਜਾ ਕੇ ਰਾਤ ਰਹਿਣੀ ਫਿਰ ਆ ਕੇ ਫੇਰ ਲਾਉਣਾ ਉਹ ਰਾਤਿਆ ਮੁੜਿਆ ਨੂੰ ਫਿਰ ਜਦੋਂ ਬਰਾ ਫੇਰ ਲਾਉਣਾ ਵਾਪਸ ਆ ਗਏ ਹਾਂ ਜੀ ਵੜੀ ਦੂਰ ਦੂਰ ਤੱਕ ਉਹ ਆ ਤੇ ਜਿੰਦਾ ਕਮਾਦਾ ਸਾਰਾ ਹੀ ਫਿਰ ਪੰਜਾਬ ਹਾਂ ਜੀ ਹਾਂ ਪੰਜਾਬੀ ਦਾ ਪਸਾਰ ਪੰਜਾਬ ਤੋਂ ਬਾਹਰ ਨਹੀਂ ਜੀ ਬਾਹਰ ਨਹੀਂ ਜੀ ਬਾਹਰ ਨਾਲੇ ਉੱਥੇ ਰਹਿੰਦਾ ਹੈ ਬਾਹਰ ਦਾ ਮੇਰੀ ਉਹ ਵੀਡੀਓ ਦੇਖਦੇ ਆ ਬੱਚੇ ਫੋਨ ਕਰੀ ਜਾਂਦੇ ਬਾਹਰੋਂ ਵੀ ਤਵੇ ਆਲੇ ਵੀ ਆ ਤਵੇ ਦੇ ਦਿਓ ਜੀ ਪੈਸੇ ਭੇਜ ਦਿੰਨੇ ਆ ਤੁਹਾਡੇ ਕੋਲ ਕਿਆ ਸਾਰੇ ਤਵੇ ਦੇ ਦੋ ਹੈ ਹਾਂ ਜੀ ਆ ਦੇ ਦਿਓ ਜੀ ਪਰ ਨਹੀਂ ਨਾ ਜੀ ਨਾ ਜਿੰਨਾ ਚਿਰ ਆਪਣਾ ਹੋਵੇ ਜਿੰਨਾ ਚਿਰ ਤੱਕਨ ਦੇਣੇ ਨਹੀਂ ਹੈਗੇ ਜੀ ਜਿੰਨਾ ਟਾਈਮ ਹੈਗੇ ਉਹਨਾ ਟਾਈਮ ਲਈ ਹਾਂ ਜੀ ਹਾਂ ਹਾਂ ਜੱਗਾ ਹੁਣ ਚੱਲਦਾ ਰਹਿਣਾ ਜੀ ਪਿੰਡ ਚ ਆਪਣ ਵਿੱਚ ਦੁਵਾਨ ਬਾਬਿਆਂ ਦਾ ਲੱਗਦਾ ਜੀ ਮਾਰਚ ਦੇ ਮਹੀਨੇ ਵਿੱਚ ਹੂੰ ਸੀੜ ਮੇਲਾ ਸੀਤਲਾ ਮਾਤਾ ਦਾ ਲੱਗਦਾ ਤੁਸੀਂ ਲੱਗਦਾ ਜੀ ਹਾਂ ਜੀ ਅੱਜ ਵੀ ਹਰਦੀਪ ਜੋਗੀਪ੍ਰੀ ਦਾ ਸਪੀਕਰ ਮੰਜੇ ਜੋੜ ਕੇ ਲੱਗਦਾ ਜੀ ਅਰੇ ਵਾਹ ਵੀ ਵਾਹ ਕੀ ਬਾਤ ਆ ਮੇਰੇ ਅੱਜ ਵੀ ਲੱਗਦਾ ਇਸ ਕਰਕੇ ਤਿੰਨ ਪਿੰਡ ਮਸ਼ਹੂਰ ਨਹੀਂ ਸਾਡੇ ਤਿੰਨੇ ਪਿੰਡ ਤਾਂ ਹੀ ਮਸ਼ਹੂਰ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮੱਠੀ ਬਿਨਾ ਜੁੜਿਆ ਉਹ ਤੋਂ ਸੀ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮਿਊਜ਼ਿਕ ਸਿਸਟਮ ਗਾਣੇ ਵਜਾਣੇ ਸੁਣਨਾ ਅੱਜ ਦੇ ਸਮੇਂ ਦੇ ਵਿੱਚ ਵੱਡੇ ਭਾਂਤ ਭਾਂਤ ਦੀਆਂ ਚੀਜ਼ਾਂ ਆ ਗਈਆਂ ਮੋٹے ਸਪੀਕਰ ਆ ਗਏ ਵੱਡੇ ਸਪੀਕਰ ਆ ਗਏ ਬੰਦੇ ਦੇ ਕਦ ਨਾਲੋਂ ਵੱਡਾ ਸਪੀਕਰ ਹੁੰਦਾ ਏ ਕਹਿੰਦੇ ਇੱਕ ਵਾਰ ਜਦੋਂ ਮਾੜੀ ਜਿਹੀ ਆਵਾਜ਼ ਚੱਕ ਦੋ ਤਾਂ ਦਿਲ ਕੰਬਾ ਦਿੰਦਾ ਪਰ ਇੱਕ ਉਹ ਸਮਾਂ ਵੀ ਹੁੰਦਾ ਹੈ ਕਿ ਜਦੋਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਜਿਵੇਂ ਆਪਾਂ ਕਹਿੰਦੇ ਨੇ ਹਰਨ ਲਾਲਾ ਨੇ ਕਿ ਹਾਰਨਾ ਦੇ ਵਿੱਚੋਂ ਬੜੀਆਂ ਮੋਦਰ ਮੋਦਰ ਆਵਾਜ਼ਾਂ ਨਿਕਲਣੀਆਂ ਬੜੇ ਪਿਆਰੇ ਪਿਆਰੇ ਗਾਣੇ ਸੰਗੀਤ ਨਿਕਲਣੇ ਤੇ ਅੱਜ ਦੇ ਸਮੇਂ ਦੇ ਵਿੱਚ ਹਰਦੀਪ ਸਿੰਘ ਪਿੰਡ ਮੈਂ ਜੋਗੀਪੁਰ ਬੈਠਾ ਹਾਂ ਤੇ ਜੋਗੀਪੁਰ ਦੇ ਵਿੱਚ ਹਰਦੀਪ ਸਿੰਘ ਮੰਜੇ ਜੋੜ ਕੇ ਅੱਜ ਵੀ ਉਦਾਂ ਹੀ ਪ੍ਰੋਗਰਾਮ ਕਰਦੇ ਨੇ ਤੇ ਅਲੱਗ-ਅਲੱਗ ਜਗ੍ਹਾਾਂ ਤੇ ਜਾਂਦੇ ਨੇ ਹਰਦੀਪ ਸਿੰਘ ਸਾਡਾ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਵਧੀਆ ਹਾਂ ਮੈਂ ਕਿਹਾ ਜਦੋਂ ਪੁਰਾਣਾ ਸਮਾਂ ਆਪਾਂ ਚੇਤੇ ਕਰਦੇ ਹਾਂ ਹਾਂ ਜੀ ਤਾਂ ਇੱਕ ਗੱਲ ਬੇਸ਼ੱਕ ਆ ਜਾਂਦੀ ਹੈ ਕਿ ਵਿਆਹ ਦੇ ਵਿੱਚ ਜੇ ਹਲਵਾਈ ਤੋਂ ਬਾਅਦ ਸਭ ਤੋਂ ਵੱਧ ਪੁੱਛੋਂ ਹੁੰਦੀ ਸੀ ਕਹਿੰਦੇ ਗਾਣੇ ਵਜਾਣ ਵਾਲੇ ਦੀ ਵੱਧ ਹੋਈ ਨਹੀਂ ਹਾਂਜੀ ਹਾਂ ਸਭ ਤੋਂ ਪਹਿਲਾਂ ਜੀ ਇਹਨਾਂ ਨੂੰ ਪੁੱਛਦੇ ਸੀਗੇ ਜੀ ਕਹਿੰਦੇ ਪਹਿਲਾਂ ਵੀ ਸਪੀਕਰ ਵਾਲੇ ਵਾਸਤੇ ਮੰਝਾ ਲਿਆਓ ਜੀ ਨਵੇਂ ਨਵੇਂ ਬਿਸਤਰਾ ਦੋ ਜੀ ਇਹਦੇ ਵਾਸਤੇ ਸੀ ਅੱਛਾ ਹਾਂਜੀ ਤੇ ਫਿਰ ਅੱਜ ਕੱਲ ਤਾਂ ਹੁਣ ਸਿਸਟਮ ਇਹ ਹੋਰ ਆ ਗਿਆ ਹਨਾ ਹਾਂਜੀ ਜੇ ਅਸੀਂ ਦੇਖਦੇ ਆਈ ਜਾਂਦੇ ਆਪਣੇ ਕੋਲ ਤਾਂ ਕੰਮ ਆ ਜਾਂਦਾ ਜੀ ਪੂਰਾ ਜੀ ਆਈ ਜਾਂਦਾ ਹਾਂਜੀ ਹਾਂਜੀ ਇਹ ਕਿੰਨੀ ਕਿ ਦੂਰ ਚੱਲ ਗਿਆ ਫਿਰ ਅੱਜ ਕੱਲ ਲਵਾਉਂਦੇ ਵੀ ਨਹੀਂ ਲੋਕੀ ਕਹਿੰਦੇ ਨੇ ਕਿ ਹਾਂਜੀ ਹਾਂ ਲਾਉਂਦੇ ਆ ਜੀ ਹੁਣ ਜੀ ਮੈਂ ਜਾਣਾ ਜੀ ਆਪਣਾ ਸੁਧਾਣੇ ਪਿੰਡ 'ਚ ਜਾਣਾ अच्छा हां जी उत सधाणे ਪਿੰਡ हां जी हां ਉਥੇ 5 ਦਿਨ ਲਾ ਕੇ ਆਉਣਾ ਜੀ ਫੇਰ ਆਵਰੇ ਨੇੜੇ ਆਪਣੇ ਪੁੰਨੀਆਂ ਜੱਟਾਂ ਜੀ ਹੂੰ 31 ਤਰੀਕ ਨੂੰ ਇੱਕ ਇੱਕ ਚੀਜ਼ ਮੈਂ ਦੇਖਦਾ ਹੁਣ ਆਪਣੇ ਕੋਲ ਸਿਸਟਮ ਪਿਆ ਆ ਇਹ ਇਹਨੂੰ ਕੁੱਤੇ ਕੁੱਤੇ ਵਾਲਾ ਸਪੀਕਰ ਕਹਿੰਦੇ ਸੀ ਕਿਹੜਾ ਕਹਿੰਦਾ ਕੁੱਤਾ ਕੰਪਨੀ ਜੀ ਕੁੱਤਾ ਕੰਪਨੀ ਹਣਾ ਜੀ ਹਾਂ ਜੀ ਇਹ ਉਹੀ ਉਹੀ ਹੈ ਹਾਂ ਉਹੀ ਹੈ ਜੀ ਪੁਰਾਣਾ ਇਹ ਉਹੀ ਪੁਰਾਣਾ ਤੁਸੀਂ ਰੱਖਿਆ ਇਹ ਤੁਹਾਡੇ ਕੋਲ ਮਤਲਬ ਕਿਵੇਂ ਪਹੁੰਚਿਆ ਸੀ ਇਹ ਤੁਸੀਂ ਖਰੀਦਿਆ ਸੀ ਮੇਰੇ ਚਾਚਾ ਦੇ ਸੀਗੇ ਜੀ ਹਾਂ ਉਹ ਛੜੇ ਸੀਗੇ ਜੀ ਅੱਛਾ ਉਹ ਕਰਦੇ ਹੁੰਦੇ ਸੀਗੇ ਇਹ ਕੰਮ ਉਹ ਤੋਂ ਮੈਨੂੰ ਇਹ ਲੱਗਦੀ ਪੈ ਗਈ ਮੈਂ ਇੱਕ ਵਾਰੀ ਬੰਦ ਵੀ ਕਰਤਾ ਸੀਗਾ ਬੰਦ ਕਾਹਦੇ ਕਰਤਾ ਸੀ ਵੈਸੇ ਜੀ ਮੇਰੇ ਡੀ ਜੇ ਜਾਨੇ ਅੱਗੇ ਸੀਗੇ ਜਦ ਹੂੰ ਫਿਰ ਇਸ ਕਰਕੇ ਆਪਣਾ ਘੱਟ ਕਰਤਾ ਸੀਗਾ ਫਿਰ ਇਹ ਚਲਾਉਣੋਂ ਹਟ ਗਏ ਸੀਗੇ ਕਸ਼ਟ ਆ ਗਈ ਸੀਗੇ ਹੂੰ ਹੁਣ ਫੇਰ ਜੀ ਆਪਣਾ ਦੁਬਾਰੇ ਫੇਰ ਇਹੀ ਅਜੇ ਆ ਗਿਆ ਜੀ ਬਿਲਕੁਲ ਅ ਦਰਸ਼ਕੋ ਜਿਵੇਂ ਤੁਸੀਂ ਮੇਰੇ ਹੱਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੋਈ ਕਿਤਾਬ ਆ ਕਿਤਾਬ ਨਹੀਂ ਹੈਗੀ ਇਹਦੇ ਵਿੱਚ ਰਿਕਾਰਡ ਨੇ ਫਿਰ ਹਾਂ ਜੀ ਹਾਂ ਰਿਕਾਰਡ ਨੇ ਜੀ ਸਾਰੇ ਜੀ ਇਹ ਸਾਰੀ ਰਿਕਾਰਡ ਪੁਰਾਣੇ ਹਾਂ ਜੀ ਹਾਂ ਜੀ ਹਾਂ ਜੀ ਪੁਰਾਣੇ ਸਾਂਭੇ ਹੋਏ ਨੇ ਇਹ ਕਿੰਨੇ ਕਿੰਨੇ ਕਿ ਰਿਕਾਰਡ ਹੋਣਗੇ ਆਪਣੇ ਕੋਲ ਫਿਰ ਆਪਣੇ ਕੋਲ ਹੈਗਾ ਜੀ ਆਪਣਾ 500 ਰਿਕਾਰਡ ਹੈ ਜੀ 500 ਰਿਕਾਰਡ ਹੈ ਉਹਦੇ ਵਿੱਚ ਕਿੰਨੇ ਕਿਹੜੇ ਕਿਹੜੇ ਸਿੰਗਰਾਂ ਦੇ ਜਿਹੜੇ ਜਿਵੇਂ ਆਪਾਂ ਕਹਿ ਸਕਦੇ ਹਾਂਗੇ ਹਾਂ ਜੀ ਜਮਲਾ ਜੱਟ ਹੋ ਗਿਆ ਜੀ ਮੈਂ ਕੁਲਦੀ ਮਾਨਕ ਹੋ ਗਿਆ ਜੀ ਹੂੰ ਨਰਿੰਦਰ ਵੀਬਾ ਹੋ ਗਿਆ ਜੀ ਹੂੰ ਕਰਮਜੀਤ ਧੂਰੀ ਹੋ ਗਿਆ ਦਰਦਾਰ ਸੰਧੂ ਹੋ ਗਿਆ ਜੀ ਕਰਤਾਰ ਰਮਲਾ ਹੋ ਗਿਆ ਜੀ ਬਿਲਕੁਲ ਕਰਮਜੀਤ ਧੂਰੀ ਦੇ ਉਹਨਾਂ ਦੇ ਵੀ ਨੇ ਹਾਂ ਜੀ ਹਾਂ ਜੀ ਮੈਂ ਇੱਕ ਇੱਕ ਚੀਜ਼ ਮੈਂ ਦੇਖਦਾ ਹਾਂ ਨਾ ਕਿ ਅੱਜ ਕੱਲ ਤਾਂ ਆਪਾਂ ਦੇਖਦੇ ਆ ਕਿ ਨੌਜਵਾਨਾਂ ਦੀ ਜੇ ਆਪਾਂ ਗੱਲ ਕਰਦੇ ਆ ਅੱਜ ਦੀ ਪੀੜ੍ਹੀ ਦੀ ਗੱਲ ਕਰਦੇ ਆ ਹਾਂਜੀ ਅੱਜ ਕੱਲ ਤਾਂ ਫਿਰ ਲੋਕੀ ਹੋਰ ਪਸੰਦ ਕਰਦੇ ਨੇ ਨੌਜਵਾਨ ਮੁੰਡੇ ਕੁੜੀਆਂ ਉਹ ਕਹਿੰਦੇ ਨੇ ਕਿ ਉਹ ਧਮਕਾਲੇ ਗਾਣੇ ਲਾਓ ਨਵੇਂ ਗਾਣੇ ਲਾਓ ਨਹੀਂ ਜੀ ਫਿਰ ਉਹ ਜਦੋਂ ਤੁਸੀਂ ਉੱਥੇ ਪਹੁੰਚਦੇ ਸਾਨੂੰ ਕੋਈ ਨਹੀਂ ਕਹਿੰਦਾ ਜੀ ਮੈਂ ਜੀ ਹੁਣ ਇੱਧਰ ਲਾਗੇ ਆ ਝਨੀਰ ਕੋਲ ਲਾਗੇ ਆ ਜੀ ਉੱਥੇ ਰਾਤ ਨੂੰ ਜੀ 12 ਵਜੇ ਤੱਕ ਮੁੰਡੇ ਵੀ ਜੀ 12 ਵਜੇ ਤੱਕ ਬੈਠੇ ਸੁਣਦੇ ਸੀਗੇ ਆਪਣਾ ਪ੍ਰੋਗਰਾਮ ਜੀ ਉਹਨਾਂ ਦੇ 12 ਵਜੇ ਤੱਕ ਹਾਂਜੀ ਰਾਤ ਨੂੰ ਉਹਨਾਂ ਨੇ ਨਹੀਂ ਕਿਹਾ ਕਿ ਅੱਜ ਕੱਲ ਵਾਲੇ ਧਮਕਾਲੇ ਗਾਣ ਉਹ ਕਹਿੰਦੇ ਵੀ ਆਹੀ ਲਾ ਜੇ ਵਿੱਚ ਨੂੰ ਮੋਬਾਈਲ ਮੂਰਿਆ ਲਾਲ ਲੈਣੇ ਸੀਗੇ ਬੱਚੇ ਹੂੰ ਉਹ ਕਹਿੰਦੇ ਇਹ ਨਹੀਂ ਲਾਉਣਾ ਜੀ ਕਹਿੰਦੇ ਕਹਿੰਦੇ ਇਹੀ ਚਲਾਓ ਜੀ ਇਹੀ ਚਲਾਓ ਹਾਂ ਜੀ ਪੁਰਾਣਾ ਹੈ ਪੁਰਾਣੇ ਫਿਰ ਜਦੋਂ ਸੁਣਦੇ ਹਾਂ ਸੁਣਦੇ ਨੇ ਗਾਣੇ ਤਾਂ ਤੁਹਾਨੂੰ ਪੁੱਛਦੇ ਤਾਂ ਹੋਣਗੇ ਕਿ ਇਹ ਕਿਹੜੇ ਕਿਹੜੇ ਸਿੰਗਰ ਹੋਈ ਜੀ ਇਹ ਕਿਹੜੇ ਸਿੰਗਰ ਦਾ ਗਾਣਾ ਹੈ ਹਾਂ ਪੁੱਛਦੇ ਆ ਜੀ ਜ਼ਿਆਦਾਤਰ ਲੋਕ ਕਿ ਬੇਸੇ ਜੱਪਾ ਦੇਖੇ ਜਾਂਦੇ ਤੇ ਅੱਜ ਕੱਲ ਮੁੰਡਿਆਂ ਨੂੰ ਕੁਲਦੀਪ ਮਾਨਕ ਦਾ ਜਮਲਾ ਜੱਟ ਸਾਹਿਬ ਦਾ ਇਹ ਇਹਨਾਂ ਦੇ ਨਾਮ ਜ਼ਿਆਦਾ ਚੇਤੇ ਨੇ ਹਾਂ ਜੀ ਹਾਂ ਜੀ ਜਿਵੇਂ ਆਪਾਂ ਹੋਰ ਜਿਹੜੇ ਸਿੰਗਰ ਨੇ ਉਹਨਾਂ ਦੇ ਥੋੜੇ ਜੇ ਘੱਟ ਯਾਦ ਰੱਖਦੇ ਨੇ ਦیدار ਸੰਤੂ ਜਿਵੇਂ ਉਹਦੇ ਸਾਰੇ ਪਿੰਡੂ ਗਾਣੇ ਸੀਗੇ ਉਹਦੇ ਪਿੰਡਾਂ ਨੂੰ ਉਹਨੂੰ ਵੀ ਬੜਾ ਸੁਣਦੇ ਨੇ ਜੀ ਉਹਦੇ ਗਾਣੇ ਪਿੰਡੂ ਹੀ ਨੇ ਸਾਰੇ ਜੀ ਦیدار ਸੰਤੂ ਦੇ ਹਾਂ ਦیدار ਸੰਤੂ ਤੇ ਜੇ ਆਪਾਂ ਦੇਖਦੇ ਆ ਇਹ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਸੀਗੇ ਹਾਰਨ ਕਹਿੰਦੇ ਨੇ ਇਹਨਾਂ ਨੂੰ ਹਾਂ ਜੀ ਪਹਿਲਾਂ ਰੇਡਵਾ ਕਹਿੰਦੇ ਸੀਗੇ ਫਿਰ ਹਾਰਨ ਕਹਿਣ ਲੱਗੇ ਫਿਰ ਸਪੀਕਰ ਕਹਿਣ ਲੱਗੇ ਉਹ ਭਾਂਤ ਬੰਦੇ ਚੀਜ਼ਾਂ ਸਮੇਂ ਦੇ ਨਾਲ ਬਦਲੀਆਂ ਜਾਂਦੀਆਂ ਨੇ ਜਿਵੇਂ ਜਿਵੇਂ ਆਪਾਂ ਗਾ ਤੇ ਗਾਂ ਬੱਚੇ ਅੰਗਰੇਜ਼ੀ ਕੋਈ ਕਹਿੰਦੇ ਹੈ ਪਹਿਲਾਂ ਪੰਜਾਬੀ ਜੀ ਰੇਡਵਾ ਹੀ ਕਹਿੰਦੇ ਸੀਗੇ ਔਰੇ ਰੇਡੀਓ ਵਾਲ ਆ ਗਿਆ ਭਾਈ ਰੇਡੂ ਵਾਲਾ ਫਿਰ ਤੁਸੀਂ ਹੁਣ ਜਾਣੇ ਹੁੰਨੇ ਹੋ ਫਿਰ ਫਿਰ ਉਦੋਂ ਵੀ ਤਾਂ ਹੋੰਦੀ ਹੋਊਗੀ ਰੇਡੀਓ ਵਾਲਾ ਆ ਗਿਆ ਭਾਈ ਹਰਦੀਪ ਸਿੰਘਾ ਨੂੰ ਬੁਲਾਓ ਹਾਂ ਜੀ ਹਾਂ ਜੀ ਮੈਂ ਬਿਲਕੁਲ ਮੈਂ ਪਿੰਡ ਦੇ ਵਿੱਚ ਵੀ ਜਦੋਂ ਪਹੁੰਚਿਆ ਨਾ ਤਾਂ ਮੈਨੂੰ ਇਹੀ ਕਹਿ ਕੇ ਗਿਆ ਕਹਿੰਦਾ ਹਰਦੀਪ ਰੇਡੂ ਵਾਲੇ ਦੇ ਘਰੇ ਜਾਣਾ ਇਹ ਪੁੱਛ ਕੇ ਜਾਇਓ ਕਹਿੰਦੇ ਫਿਰ ਤੁਹਾਨੂੰ ਐਨ ਕਰਦੇ ਬਾਹਰ ਤੱਕ ਛੱਡ ਕੇ ਜਾਣਗੇ ਠੀਕ ਹੈ ਜੀ ਤੇ ਹਰਦੀਪ ਜੀ ਜਿਵੇਂ ਹੁਣ ਇਹਦੀ ਵਿੱਚ ਇੱਕ ਚੀਜ਼ ਮੈਂ ਦੇਖ ਦੇਖਦਾ ਹੁਣਾਂ ਕਿ ਇੱਕ ਕੈਸਟ ਹੁਣ ਤਾਂ ਅੱਜ ਕੱਲ ਦਾ ਲੈਪਟਾਪ ਆ ਉਹਦਾ ਦੋ ਉਂਗਲਾ ਮਾਰਦੇ ਆ ਜਿਹਦੀ ਅਗਲਾ ਗਾਣਾ ਚੱਲ ਪੰਦਾ ਉਂਗਲਾ ਮਾਰਦੇ ਨੇ ਦੋ ਗਾਣਾ ਚੱਲ ਪੰਦਾ ਇਹਦੇ ਵਿੱਚ ਤਾਂ ਫਿਰ ਗਾਣੇ ਕਿ ਇੱਕ ਕੈਸਟ ਦੇ ਇੱਕ ਰਿਕਾਰਡ ਦੇ ਵਿੱਚ ਕਿੰਨੇ ਆਉਂਦੇ ਨੇ ਹੁਣ ਉਹ ਵੱਡੇ ਜਵਾਰਾਂ ਨੇ ਜੀ ਹੂੰ ਛੋਟਿਆਂ ਜਿਹਨਾਂ ਦੇ 4-4 ਨੇ ਜੀ ਦੋ ਇੱਕ ਪਾਸੇ ਦੋ ਇੱਕ ਪਾਸੇ ਅੱਛਾ ਇਹ ਇਹ ਜਿਹੜੇ ਮੇਰੇ ਕੋਲੇ ਆ ਚੀਜ਼ਾਂ ਇਹ ਇਹ ਰਿਕਾਰਡ ਇਹਦੇ ਚ 4 ਗਾਣੇ ਨੇ ਆ ਜੇ 4 ਨੇ ਦੋ ਇੱਕ ਪਾਸੇ ਦੋ ਇੱਕ ਪਾਸੇ ਜੀ ਦੋ ਇੱਕ ਪਾਸੇ ਇੱਕ ਪਾਸੇ ਠੀਕ 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 ਜੇ ਆਪਾਂ ਇੱਕ ਗੱਲ ਦੇਖਦੇ ਆਂ ਕਈ ਵਾਰ ਕੀ ਹੁੰਦਾ ਹੈ ਕਿ ਇੱਕੇ ਪਿੰਡ ਦੇ ਵਿੱਚ ਦੋ ਵਿਆਹ ਆ ਜਾਂਦੇ ਨੇ ਤਿੰਨ ਵਿਆਹ ਵੀ ਹੋ ਜਾਂਦੇ ਨੇ ਉੱਥੇ ਤੋਂ ਡੱਕ ਤੋਡਾ ਵੀ ਲੱਗਿਆ ਹੁੰਦਾ ਫਿਰ ਬਾਹਾਂ ਗਾਹਾਂ ਵਾਲਿਆਂ ਦੇ ਡੀਜੇ ਲੱਗਿਆ ਹੁੰਦਾ ਕਦੇ ਇਦਾਂ ਹੋਇਆ ਨਹੀਂ ਜੀ ਡੀਜੇ 2ਜੀ ਵਾਲੇ ਹੁੰਦਾ ਸੀ ਬੰਦ ਕਰਾ ਦਿੰਦੇ ਇਹ ਕਿੱਥੇ ਵਾਜ ਇਹਦੀ ਅੱਜ ਤਾਂ ਬੜੀ 5-5 ਕਿਲੋਮੀਟਰ ਵਾਜ ਪਛਾ ਦਿੰਦੇ ਨੇ ਜੀ ਇਹਦੀ 5 ਕਿਲੋਮੀਟਰ ਤੱਕ ਹਾਂ ਜੀ ਜਿਵੇਂ ਉਹ ਲਾਇਰ ਨੇ ਨਾ ਉੱਤੇ ਹਾਂ ਉੱਤੇ ਲਾਉਨੇ ਆ ਜੀ ਅਸੀਂ ਵਿਆਹ ਜਾਂ ਉੱਤੇ ਲਾਉਨੇ ਆ ਇਹ ਤਿੰਨ ਲਾਉਣੇ ਆ ਤੁਸੀਂ ਇੱਕ ਬਕਸਾ ਲਾਉਨੇ ਆ ਥੱਲੇ ਅੱਛਾ ਇਹ ਡਬਲ ਚੈਨਲ ਐਂਪਲੀਫਾਇਰ ਹੈ ਜੀ ਇੱਕ ਤੇ ਵਕਤ ਲੱਗਦੇ ਆ ਇੱਕ ਤੇ ਹਾਰਨ ਚੱਲਦੇ ਆ ਹਾਰਨ ਚੱਲਦੇ ਆ ਹਾਂ ਜੀ ਉਹ ਥੱਲੇ ਵਾਲਾ ਆਪਣੇ ਸੁਣਨ ਵਾਸਤੇ ਲਈ ਕਹੀ ਜੀ ਆਵਾਜ਼ ਵੀ ਵਧੀਆ ਆ ਰਹੀ ਆਵਾਜ਼ ਵੀ ਆਪਾਂ ਨੂੰ ਪਤਾ ਲੱਗੇ ਨਾ ਇਸ ਕਰਕੇ ਤੁਹਾਨੂੰ ਟੰਗਦੇ ਆ ਫਿਰ ਅਸੀਂ ਉੱਚੇ ਜਵਾਰਿਆਂ ਦੇ ਮੰਜੇ ਖੜੇ ਕਰਕੇ ਮੰਜੇ ਖੜੇ ਕਰਕੇ ਜਿਹੜੇ ਉੱਤੇ ਲਾਉਨੇ ਆ ਤੈਨੂੰ ਮੰਜੇ ਖੜੇ ਕਰਕੇ ਫਿਰ ਕਈ ਜਾਂਦੇ ਤਾਂ ਚਾਰ ਮੰਜਲੀ ਕੋਠੀਆਂ ਦੀ ਉੱਤੇ ਫਿਰ ਮੰਜੇ ਖੜੇ ਕਰਨੇ ਔਖੇ ਬਹੁਤ ਹੁੰਦੇ ਉਹ ਨਹੀਂ ਨਹੀਂ ਉੱਥੇ ਵੀ ਚੜਾ ਦਿੰਦੇ ਆ ਜੀ ਰਸਤੇ ਲਿਆਉਣੇ ਲੋਕ ਹੀ ਮਾ ਪਟਿਆਲੇ ਲਾ ਕੇ ਆਈ ਰਿਹਾ ਹਾਂ ਹੂੰ ਉਹਨਾਂ ਨੇ ਪੌੜੀਆਂ ਤੇ ਲੜ ਸਪੈਸ਼ਲ ਹਾਂ ਜੀ ਕਿ ਭਾਈ ਮੰਝੇ ਉੱਤੇ ਜਾਂ ਤਾਂ ਆ ਚੜਾਉਣੇ ਆ ਮੰਝੇ ਵੀ ਕਿਰਾਏ ਤੇ ਲੈ ਕੇ ਗਏ ਚੰਗਾ ਲੱਗਦਾ ਹਾਂ ਜੀ ਹਾਂ ਵਧੀਆ ਜੀ ਲੋਕੀ ਕਿਤਨਾ ਕਿਤੇ ਅੱਜ ਦੇ ਸਮੇ ਤੇ ਪੁਰਾਣੇ ਸਮੇ ਨੂੰ ਲੋਕ ਥੋੜਾ ਜਿਹਾ ਭੁੱਲ ਜਾਂਦੇ ਨੇ ਜਦੋਂ ਵਈ ਦੁਬਾਰੇ ਫੇਰ ਆ ਗਿਆ ਜੀ ਦੁਬਾਰਾ ਆ ਰਿਹਾ ਹਾਂ ਜੀ ਹਾਂ ਦੁਬਾਰੇ ਫੇਰ ਆ ਗਿਆ ਕਹਿੰਦੇ ਮੱਛੀ ਮੱਛੀ ਪੱਥਰ ਚੱਟ ਕੇ ਮੁਰਗੀ ਹਾਂ ਜੀ ਹਾਂ ਜੀ ਲੱਗ ਰਿਹਾ ਹੈ ਕਿ ਉਹ ਸਮਾਂ ਕਿਤੇ ਨਾ ਕਿਤੇ ਦੁਬਾਰਾ ਫੇਰ ਘੁੰਮ ਕੇ ਆ ਜਾਊਗਾ ਹਾਂ ਜੀ ਹਾਂ ਵੈਸੇ ਇੱਕ 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 ਚੀਜ਼ ਤਾਂ ਇਹ ਵੀ ਹੁੰਦੀ ਹੈ ਕਿ ਚਲੋ ਤੋਡੇ ਘਰੇ ਵੀ ਕੋਈ ਵਿਆਹ ਸ਼ਾਦੀ ਫੰਕਸ਼ਨ ਤੇ ਜਦੋਂ ਜਾਂਦੇ ਹੋਵੋਗੇ ਹਾਂਜੀ ਤੁਸੀਂ ਜਿਵੇਂ ਮੰਜੇ ਜੋੜ ਕੇ ਹਾਰਨ ਲਾ ਦਿੰਨੇ ਹੋ ਹਾਂਜੀ ਤੇ ਜਦੋਂ ਕਿਸੇ ਦੇ ਚਲੋ ਅਗਲੇ ਦਾ ਆਪਣਾ ਆਪਣਾ ਜਿਵੇਂ ਹੁੰਦਾ ਨਾ ਕਿ ਪਸੰਦ ਹੁੰਦੀ ਆ ਅਗਲੇ ਦੀ ਆਪਣੀ ਆਪਣੀ ਪਸੰਦ ਆਉਂਦੀ ਆ ਹਰੇਕ ਦੀ ਉਹਦੇ ਵਿੱਚ ਇਹ ਚੀਜ਼ ਇਹ ਆ ਜਾਂਦੀ ਆ ਕਿ ਅਗਲਾ ਕਹਿੰਦਾ ਕਿ ਹੋਰ ਨਹੀਂ ਲਾਉਣੇ ਡੀਜੇ ਲਪਾਓ ਧਮਕ ਪੈਣੀ ਚਾਹੀਦੀ ਬੇਸ ਪੈਣੀ ਚਾਹੀਦੀ ਫਿਰ ਜਦੋਂ ਉਹਨਾਂ ਦੇ ਪਹੁੰਚਦੇ ਹੁੰਨੇ ਹੋ ਫਿਰ ਦਿਮਾਗ 'ਚ ਗੱਲ ਤਾਂ ਆਉਂਦੀ ਹੋਊਗੀ ਕਿ ਯਾਰ ਇਹ ਧਮਕ ਕੋਈ ਜ਼ਿਆਦਾ ਬੇਸ ਜ਼ਿਆਦਾ ਤਕੜੀ ਹੈ ਵਾਹ ਰੋ ਦੀ ਜੀ ਆਪਾਂ ਨੂੰ ਨਹੀਂ ਆਪਾਂ ਨੂੰ ਸਪੈਸ਼ਲ ਬਣਾਉਣਾ ਜਿਵੇਂ ਰਿਸ਼ਤੇਦਾਰ ਜੀ ਵੀ ਬੁਲਾ ਲੈਣੇ ਜੀ ਬੁਲਾ ਲੰਦੇ ਨੇ ਹਾਂ ਜੀ ਉਹ ਕਹਿੰਦੇ ਵੀ ਉਹ ਹੀ ਜਾਣਾ ਹੋਵੇ ਹੁਣ ਇੱਕ ਇੱਕ ਚੀਜ਼ ਤਾਂ ਤੁਸੀਂ ਦੇਖ ਲਈ ਹੋਊਗਾ ਨਾ ਕਿਉਂਕਿ ਪਹਿਲਾਂ ਵਿਆਹ ਦਾ ਕਿੰਨੇ ਕਿੰਨੇ ਦਿਨ ਹਫਤਾ ਵਿਆਹ ਨਹੀਂ ਮੁੱਕਦਾ ਹੁੰਦਾ ਸੀ ਹਾਂ ਜੀ ਹਾਂ ਹੁਣ ਤਾਂ ਮੈਨਾਂ ਕਹਿੰਦੇ ਦਿਨਾਂ ਦੇ ਵਿੱਚ ਘੰਟੇ ਜੀ ਨੇ ਬੜ ਜਾਂਦਾ ਹਾਂ ਜੀ ਹਾਂ ਘੰਟਿਆਂ ਵਾਂਜੀ ਹੁਣ ਵੈਸੇ ਸਾਡਾ ਪ੍ਰੋਗਰਾਮ ਤਿੰਨ ਦਿਨ ਚੱਲਦਾ ਜੀ ਤਿੰਨ ਦਿਨ ਹਾਂ ਜੀ ਵਿੱਚ ਨੂੰ ਇੱਕ ਦਿਨ ਰੈਸਟ ਆ ਜੀ ਰੈਸਟ ਲੱਗ ਜੀ ਵਿੱਚ ਨੂੰ ਕਰਨਾ ਔਰ ਦਿਨ ਕਹਿ ਦਿੰਨੇ ਆ ਉਹਨਾਂ ਨੂੰ ਦਾਨੇ ਕੋਲ ਲਾ ਕੇ ਆਏ ਜੀ ਹੂੰ ਉਵਰ ਦੀ ਪਿੰਡ ਹੈ ਜੀ। ਸਮਤ ਦੀ ਪਿੰਡ। ਹਾਂ ਜੀ। ਹਾਂ। ਉੱਥੇ ਉਹਨਾਂ ਦੇ ਰੈਸਟ ਸੀਗੀ ਉਹ ਕਹਿੰਦੇ ਵੀ ਅੱਜ ਅਸੀਂ ਸੋਣਾ ਵੀ ਤੂੰ ਇਹਨੂੰ ਬੰਦ ਕਰ ਦੇ। ਉਹ ਪਿੰਡ 'ਚੋਂ ਬਾਹਰ ਸੀਗੇ ਸੀ ਖੇਤਾਂ 'ਚ। ਬਾਹਰੋਂ ਮੁੰਡਿਓ ਪਿੰਡ 'ਚੋਂ ਫੋਨ ਕਰੀ ਜਾਣਾ। ਯਾਰ ਲੋਗ ਇਹਨੂੰ ਪੈਸੇ ਦੇਣੇ ਆ ਉਹ ਕਹਿੰਦੇ ਅਸੀਂ ਆਰਾਮ ਕਰਨਾ ਕਹਿੰਦੇ ਸਾਨੂੰ ਸਾਰੀ ਰਾਤ ਸ਼ਰਾਬੀਆਂ ਨੇ ਤੰਗ ਕਰਕੇ ਰੱਖਿਆ ਜੀ ਜਿਹਨਾਂ ਦੇ ਵਿਆਹ ਸੀਗਾ। ਹਾਂ। ਉਹ ਕਹਿੰਦੇ ਵੀ ਅਸੀਂ ਸੋਣਾ। ਕਹਿੰਦੇ ਨਾ ਜੀ ਲੋਗ ਕਹਿੰਦੇ ਮਾਨੂੰ ਕਹਿੰਦੇ ਵੀ ਅਸੀਂ ਤਾਂ ਵਾਰ ਲਾ ਕੇ ਪੈ ਰਹੇ ਹਾਂ ਉਹਨੇ। ਵੀ ਆ ਰੋਟੀ ਪਕਾਉਣ ਵਾਲੀ ਬੈਠੇ ਜਾਂ ਤੁਹਾਨੂੰ ਰੋਟੀ ਲੋੜ ਹੋਵੇ ਤਾਂ ਰੋਟੀ বিরাম ਕਰਨਾ ساری রাত ਹੋ ਗਈ। ਹੂੰ। ਵੀ ਤੂੰ ਚਲਾ ਦੇ ਇਹਨੂੰ ਚੱਲਣ ਦੇ। ਚੱਲਣ ਦੇ ساری ਰਾਤ। ਸਾਰਾ ਦਿਨ ਚੱਲ, ਸਾਰਾ ਦਿਨ ਚੱਲਦਾ ਰਿਹਾ ਜੀ। ਸਾਰਾ ਦਿਨ ਚੱਲੀ ਗਿਆ। ਉਹਨਾਂ ਦੇ ਪਾਰਟੀ ਸੀਗੀ। ਅੱਛਾ। ਫਿਰ ਉਹਨਾਂ ਦੀ ਰੈਕਟ ਸੀ ਜੀ ਅਗਲੇ ਦਿਨ। ਹੂੰ। ਉਹ ਕਹਿੰਦੇ ਵੀ ਚੱਲਣ ਦੇ ਸਾਰਾ ਦਿਨ ਤੂੰ ਚੱਲਿਆ ਚੱਲ ਅਸੀਂ ਤਾਂ ਆਪਣੇ ਬਾਹਰ ਲਾ ਕੇ ਪੈ ਜਾਵਾਂਗੇ। ਇੱਕ ਇੱਕ ਚੀਜ਼ ਤਾਂ ਲੱਗਦੀ ਹੋਊਗੀ ਜਿਹੜੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਕਿ ਬਾਹਾਂ ਪਿੰਡ ਤੋਂ ਅਸੀਂ ਬਾਹਰ ਸੀਗੇ ਪਿੰਡ ਵਾਲੇ ਫਿਰ ਫੋਨ ਕਰਨ ਲੱਗੇ ਕਿ ਭਾਈ ਲਾਓ ਗਾਣੇ ਉਧਰੋਂ। ਦਿਨ ਪੈਸੇ ਦੇਣੇ ਆਪਾਂ ਨੇ ਕਹਿੰਦੇ ਲਾਓ ਇਹਨੂੰ। ਉਹ ਮੈਨੂੰ ਕਹਿੰਦੇ ਉਹਨਾਂ ਕਹਿੰਦੇ ਵੀ 4 ਵਜੇ ਲਾਉਣਾ ਆਪਾਂ ਨੇ ਵੀ 9 ਵਜੇ ਕਹਿੰਦੇ ਵੀ ਰੋਟੀ ਪਾਣੀ ਛੱਕ ਕੇ ਵੀ ਤਾਹਣਾ ਆਰਾਮ ਕਰੋ ਤੁਸੀਂ ਮੈਂ ਕਿਹਾ ਜੀ ਪਿੰਡ 'ਚੋਂ ਜਿਹਦੇ ਫੋਨ ਆ ਗਿਆ ਕਹਿੰਦੇ ਜੀ ਇਹਨੂੰ ਲਵਾਓ ਪਿੰਡ 'ਚੋਂ ਫੋਨ ਕਰੀ ਜਾਣ ਵਿਆਹ ਦੇ ਮੁੰਡੇ ਕੋਲ ਕਹਿੰਦੇ ਲਵਾਓ ਜੀ ਇਹਨੂੰ ਪੈਸੇ ਦੇਣੇ ਆਪਾਂ ਨੇ ਫਿਰ ਉਹਨਾਂ ਨੇ ਲਵਾਤਾ ਕਹਿੰਦੇ ਅਸੀਂ ਤਾਂ ਬਾਰ ਬੂਡ ਲਾ ਕੇ ਪੈ ਰਹੇ ਹਾਂ ਵੀ ਰੋਟੀ ਪਾਣੀ ਦੀ ਲੋੜ ਹੋਵੇ ਕੱਢਿਆ ਰੱਖੀ ਵੀ ਆ ਵੀ ਜਦ ਵੀ ਲੋੜ ਹੋਵੇ ਉਹਨੂੰ ਰੋਟੀ ਪਾਣੀ ਆਣ ਛੱਕਦੇ ਰਹਿ ਕੇ ਫਿਰ ਹਰਦੀਪ ਜੀ ਤੁਸੀਂ ਤਾਂ ਪੁਰਾਣਾ ਸਮਾਂ ਵੀ ਦੇਖਿਆ ਹੈ ਹਾਂ ਜੀ ਹਾਂ ਆ ਸਮਾਂ ਵੀ ਦੇਖ ਰਹੇ ਹਾਂ ਹਾਂ ਜੀ ਕਿੰਨਾ ਕ ਫਰਕ ਲੱਗ ਗਿਆ ਬਹੁਤ ਫਰਕ ਪੈ ਗਿਆ ਜੀ ਪਹਿਲਾਂ ਵਾਰ ਬਈ ਕਿਸ ਬਿਹਾਫ ਤੇ ਦੇਖ ਸਕਦੇ ਆਪਾਂ ਕਿ ਕਿਦਾਂ ਫਰਕ ਪੈ ਗਿਆ ਕਿਦਾਂ ਜੀ ਪਹਿਲਾਂ ਜੀ ਆਪਣਾ ਹੀ ਆਪਣਾ ਹੀ ਕੰਮ ਹੈ ਜੀ ਪਹਿਲਾਂ ਤਿੰਨ ਚਾਰ ਦਿਨ ਵਿਆਹ ਹੁੰਦਾ ਸੀਗਾ ਚਾਰ ਦਿਨ ਪਹਿਲਾਂ ਚਾਰ ਚਾਰ ਦਿਨ ਜੀ ਦੋ ਦੋ ਰਾਤਾਂ ਵਰਤਾਂ ਦੇ ਰਹਿਆ ਜੀ ਮੈਂ ਜਾ ਕੇ ਵਰਤਾਂ ਦੇ ਨਾਲ ਲੈ ਕੇ ਜਾਂਦੇ ਸੀਗਾ ਸਾਡਾ ਤੁਮਾਂ ਨੇ ਜੋ ਚਾਚਾ ਜੀ ਨਾਲ ਫਿਰ ਕਿੰਨਾ ਕ ਟਾਈਮ ਜਾਂਦੇ ਰਹੇ ਮੈਂ ਜੀ ਛੇਵੀ ਤੱਕ ਪੜਿਆ ਜੀ ਮੈਂ 72 ਜਦੋਂ ਮੈਨੂੰ ਸਾਡੇ ਕੋਲ ਦੋ ਦੋ ਪ੍ਰੋਗਰਾਮ ਹੋਣ ਲੱਗ ਗਏ ਜੀ ਇਕੱਠੇ ਫਿਰ ਇੱਕ ਦਿਨ ਹਾਂ ਜੀ ਹੂੰ ਲੋਹੇ ਕਰਨ ਫੇਰ ਅਸੀਂ ਜਾ ਕੇ ਅੰਬਾਲਾ ਵਾਲਾ ਕੰਟ ਤੱਕ ਸਾਈਕਲ ਉੱਤੇ ਗਏ ਉੱਥੋਂ ਫਿਰ ਬੱਸ ਚੜ੍ਹ ਕੇ ਜੀ ਫੇਰ ਦਿੱਲੀੋਂ ਜਾ ਕੇ ਨਾ ਗੱਡੀ ਚੜ੍ਹੇ ਰੇਲ ਗੱਡੀ ਹੂੰ ਉੱਥੋਂ ਜਾ ਕੇ ਫੇਰ ਦਿੱਲੀੋਂ ਲੈ ਜੀ ਸਾਡੇ 11000 ਦਾ ਸਾਮਾਨ ਸਾਰਾ ਜੀ ਸਾਰਾ ਹੀ ਆਹ ਹਾਂ ਜੀ ਇਹ ਜਣੀ ਉਦੋਂ ਦਾ ਹੀ ਆ ਤੁਹਾਡੇ ਕੋਲ ਹਾਂ ਜੀ ਕਿਹੜੇ ਸਨ ਦੀ ਗੱਲ ਹੋਣੀ ਐ ਇਹ ਇਹ ਜੀ 74 74 ਸਨ ਦੇ ਵਿੱਚ ਪਹਿਲਾਂ ਉਰੋਂ ਸਾਈਕਲ ਤੇ ਤੁਸੀਂ ਅੰਬਾਲੇ ਗਏ ਹਾਂ ਜੀ ਅੰਬਾਲੇ ਤੋਂ ਫਿਰ ਰੇਲ ਗੱਡੀ 'ਚ ਬੈਠੇ ਹਾਂ ਜੀ ਫੇਰ ਦਿੱਲੀ ਗਏ ਹਾਂ ਜੀ ਦਿੱਲੀੋਂ ਲੈ ਕੇ ਆਂਦਾ ਸਾਰਾ ਸਾਮਾਨ ਫੇਰ ਅਸੀਂ ਦੋ ਕਰ ਲਈ ਫੇ ਦੋ ਗੱਲ ਜਦੋਂ ਪ੍ਰੋਗਰਾਮ ਵੱਧ ਗਏ ਸੀ ਹਾਂਜੀ ਹਾਂਜੀ ਜਿਵੇਂ ਇੱਕ ਜਿਹੜੇ ਟਾਈਮ ਵਿੱਚ ਅੱਜ ਕੱਲ੍ਹ ਚੱਲ ਰਿਹਾ ਜੀ ਹੁਣ ਲੋਹੜੀ ਤੋਂ ਬਾਅਦ ਅਸੀਂ ਹੁਣ ਦੋ ਮਹੀਨੇ ਨਾਲ ਅਸੀਂ ਘਰਾਂ ਨਹੀਂ ਫੜਦੇ ਸੀਗੇ ਬਾਹਰੋਂ ਦੀ ਬਾਹਰ ਹੀ ਪ੍ਰੋਗਰਾਮ ਆਈ ਜਾਂਦੇ ਸੀਗੇ ਇੰਨਾ ਉਹ ਹੁੰਦਾ ਜੀ ਕੋਈ ਦਿਨ ਨਹੀਂ ਬਿੱਲ ਰਹਿੰਦੇ ਜਿਸ ਦਿਨ ਬਿੱਲ ਰਹਿੰਦੇ ਉਸ ਦਿਨ ਉੱਥੇ ਉਹਨਾਂ ਨੇ ਕਹਿਣਾ ਯਾਰ ਹੋਰ ਦੇ ਦਾਂਗੇ ਤੈਨੂੰ ਯਾ ਜੀ ਸਾਨੂੰ 70 ਰੁਪਏ ਦਿੰਦੇ ਸੀਗੇ ਤਿੰਨ ਦਿਨਾਂ ਦੇ ਜੀ ਹੂੰ ਤਿੰਨ ਦਿਨਾਂ ਦਾ 70 ਰੁਪਏ ਹੀ ਆ ਯਾਰ ਤਿੰਨ ਦਿਨਾਂ ਦੇ 70 ਰੁਪਏ ਹਾਂਜੀ 1 ਰੁਪਿਆ ਬੈਟਰੀ ਆ ਕਰਾਇਆ ਹੋਇਆ ਤਾਂ ਬੈਟਰੀਆਂ ਦੇ ਚੱਲਦੇ ਸੀਗੇ ਲਾਈਟ ਨਾਲ ਬਾਅਦ ਚਾਹੀਏ ਜੀ ਲਾਈਟ ਹੁੰਦੀ ਨਹੀਂ ਸੀਗੀ ਹੂੰ 1 ਰੁਪਿਆ ਬੈਟਰੀ ਦਾ ਕਰਾਇਆ ਦਿਨ ਰਾਤ ਦਾ ਜੀ ਜਣੀ 1 ਦਿਨ ਦਾ ਬੈਟਰੀ ਦਾ ਕਰਾਇਆ 1 ਰੁਪਈਏ ਹਾਂ ਜੀ ਤੇ ਪ੍ਰੋਗਰਾਮ ਦਾ ਕਿੰਨਾ 70 ਰੁਪਈਏ ਜੀ 70 ਰੁਪਈਏ 3 ਦਿਨ ਦਾ 70 ਰੁਪਈਏ ਹਾਂ ਵੀ ਅੱਜ ਮੇਲ ਹੋ ਗਿਆ ਜੀ ਹੂੰ ਅਗਲੇ ਦਿਨ ਦੁਪਹਿਰੇ ਤੋਂ ਵਰਾ ਚੜ ਗਈ ਫਿਰ ਗਾਂ ਜਾ ਕੇ ਰਾਤ ਰਹਿਣੀ ਫਿਰ ਆ ਕੇ ਫੇਰ ਲਾਉਣਾ ਵਰਾ ਤੇ ਮੁੜਿਆ ਹਣੀ ਪੇ ਜਦੋਂ ਬਰਾ ਫੇਰ ਲਾਉਣਾ ਵਾਪਸ ਆ ਗਏ ਹਾਂ ਜੀ ਇੱਕ 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 ਕੱਲ ਤਾਂ ਇਹ ਵੀ ਆਉਂਦੀ ਹੈ ਉਹ ਦਿਮਾਗ ਦੇ ਵਿੱਚ ਕਿ ਪਹਿਲਾਂ ਜਿਵੇਂ ਹੁਣ ਤੁਸੀਂ ਪਹੁੰਚਣਾ ਉੱਥੇ ਜਿਵੇਂ ਤੁਸੀਂ ਕਹਿੰਦੇ ਕਿ ਮੈਂ ਸਾਈਕਲ ਤੇ ਵੀ ਫਿਰ ਸਾਈਕਲ ਤੇ ਜਾਂਦੇ ਹਾਂ ਇਹਦੇ ਸਾਈਕਲਾਂ ਵਰ ਜਾਇ ਕਰਨਦੇ ਜੀ ਇਹ ਕਹਿੰਦੇ ਸਾਈਕਲ ਦੇ ਮੂਰੇ ਵੀ ਲਾਇਆ ਹੁੰਦਾ ਸੀ ਹਾਰਨਿਕ ਇਹੋ ਜਿਹੀ ਕਿ ਸਾਈਕਲ ਨਾਲ ਵੀ ਅਟੈਚ ਕੀਤਾ ਹੁੰਦਾ ਸੀ ਕਿਤਾ ਮੰਜਿਆ ਦੇ ਉੱਤੇ ਲੱਗਿਆ ਹੁੰਦਾ ਸੀ ਨਹੀਂ ਜੀ ਐਂ ਬਸ ਮੂਰੇ ਟੰਗ ਲੈਂਦੇ ਸੀਗੇ ਕਿੱਥੇ ਆ ਵਿਖੇ ਮਸੀਨ ਜੀ ਡੱਬਾ ਟੰਗ ਲੈਂਦੇ ਸੀਗੇ ਬਣਾ ਛੋਟਾ ਐਂਪਲੀਫਾਇਰ ਹੁੰਦਾ ਸੀਗਾ ਜੀ ਪਹਿਲਾਂ ਛੋਟਾ ਹੁੰਦਾ ਸੀ ਹਾਂ ਜੀ ਵਾਕੀ ਛੋਟੇ ਕਰਕੇ ਬਣਾ ਇਹਦੇ ਇੱਕੋ ਬਕਸੇ ਜੇ ਵਢਾ ਕੇ ਮੈਂ ਛੋਟਾ ਬਣਵਾਇਆ ਜੀ ਹੁਣ ਅੱਛਾ ਤਾਂ ਹੀ ਛੋਟਾ ਬਣਵਾਇਆ ਹੈ ਹਾਂ ਇਹ بڑا ਵਿੱਚ ਇਹਦੇ ਐਂਪਲੀਫਾਇਰ ਹੁੰਦਾ ਸੀਗਾ ਵਿੱਚੇ ਵੱਡੇ ਰਿਕਾਡ ਵਿੱਚੇ ਛੋਟੇ ਪਏ ਰਹਿੰਦੇ ਸੀ ਸਾਰੇ ਹਾਂ ਵਿੱਚੇ ਫਿੱਟੇ ਪਿਆ ਰਹਿੰਦਾ ਸੀ ਲੋਕਾਂ ਨੂੰ ਤਾਂ ਚਾਹ ਚੜ ਜਾਂਦਾ ਹੋਊਗਾ ਕਿਉਂਕਿ ਉਸ ਟਾਈਮ ਤੇ ਤਾਂ ਬੜੀ ਨਵੀਂ ਚੀਜ਼ ਸੀ ਇਹ ਹਾਂ ਜੀ ਹਾਂ ਜੀ ਅੱਜ ਕੱਲ ਤਾਂ ਚੱਲ ਅਗਲਾ ਕਹਿ ਦਿੰਦਾ ਕਿ ਕੀ 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 ਗੱਲਾਂ ਚੁਗੱਲ ਹੈ ਪਰ ਉਸ ਟਾਈਮ ਤਾਂ ਬੜਾ ਐਨ ਰੱਖਦੇ ਹੋਣਗੇ ਪੂਰਾ ਹਾਂ ਜੀ ਹਾਂ ਚਾਏ ਬਹੋ ਕਰਦੇ ਹੋਣਗੇ ਹਾਂਜੀ ਹਾਂ ਜਿੱਥੇ ਦੋ ਲੱਗ ਜਾਣੇ ਪਿੰਡ ਚ ਉਹ ਕਹਿੰਦੇ ਹੋਈ ਉਹਦੀ ਯਾਰ ਤੇਰੇ ਵਾਲੀ ਦੀ ਬਾਤ ਜ਼ਿਆਦੇ ਉਹਦੀ ਘਟ ਹੈ ਅੱਛਾ ਐ ਮੁਕਾਬਲਾ ਹੋ ਜਾਂਦਾ ਸੀ ਮੁਕਾਬਲਾ ਹੁੰਦਾ ਸੀਗਾ ਕਿਉਂ ਹਾਂ ਕਈ ਵਾਰ ਤਾਂ ਹੋ ਜਾਂਦਾ ਸੀ ਹਾਂ ਬਈ ਜੇ ਮੇਰੇ ਵੀ ਦੂਰ ਜਾ ਕੇ ਵੀ ਸੁਣਨਾ ਜਾ ਕੇ ਸਾਈਕਲਾਂ ਤੇ ਛੁਣ ਕੇ ਆਉਣਾ ਵੀ ਜਿਹੜੀ ਦੀ ਬਾਤ ਦੂਰ ਜਾਊਗੀ ਐ ਕਹਿੰਦੇ ਸੀ ਵੀ ਅਸੀਂ ਕਹਿੰਦੇ ਵੀ ਅਸੀਂ ਨਹੀਂ ਚੱਕ ਲਾਂਗੇ ਨਹੀਂ ਚੱਕਾਂ ਲਾਂਗੇ ਵੀ ਨੀ ਤੇਰਾ ਸਵਾਨ ਚੱਕ ਲੈਣਾ ਜੇ ਸਾਡੇ ਆ ਦੂਰ ਸੁਣ ਗਿਆ ਪਰ ਤੇਰਾ ਸਵਾਨ ਉਹ ਸਾਰਾ ਚੱਕ ਲੈਣਾ ਨੇ ਸਾਡੇ ਵਾਲਾ ਚੱਕਦੇ ਲਾਉਣ ਤੋਂ ਪਹਿਲਾਂ ਲਾਉਣਾ ਨਹੀਂ ਸੀਗਾ ਲਾਉਂਦੇ ਪਹਿਲਾਂ ਟੈਸਟ ਕਰਦੇ ਹੁੰਦੇ ਜਿਵੇਂ ਆਪਾਂ ਚੈੱਕ ਕਰ ਲੈਂਦੇ ਹਾਂ ਹਾਂ ਨਹੀਂ ਪਹਿਲਾਂ ਲਾਉਣਾ ਨਹੀਂ ਹੁੰਦਾ ਸੀਗਾ ਬਾਅਦ ਜੀ ਲਾਉਂਦੇ ਬਈ ਬੋਲ ਬਈ ਕਈ ਬੰਦੇ ਕਹਿੰਦੇ ਜੀ ਮੇਰਾ ਸਪੀਕਰ ਐ ਮੇਰਾ ਐ ਜੀ ਹੂੰ ਅਸੀਂ ਕਹਿੰਦੇ ਵੀ ਰੱਖ ਲੈ ਦੋ ਆਪਾਂ ਇੱਕੋ ਜਗ੍ਹਾ ਹਰਨ ਬੰਨ ਗਏ ਲਾ ਦਿੰਨੇ ਆ ਇੱਕ ਪਾਸੇ ਨੂੰ ਕਰ ਦਿੰਨੇ ਆ ਜਿਹੜੀ ਦੀ ਆਵਾਜ਼ ਦੂਰ ਜਾਊਗੀ ਉਹ ਹੀ ਚੱਕ ਲੂਗਾ ਜਾਣੀ ਐ ਮੁਕਾਬਲੇ ਇਦਾਂ ਵੀ ਹੁੰਦਾ ਰਿਹਾ ਜੀ ਪਰ ਇਹਨਾਂ ਵਿੱਚ ਕਿ ਸਾਦਗੀ ਬੜੀ ਹੁੰਦੀ ਸੀ ਪਿਆਰ ਹੁੰਦਾ ਸੀਗਾ ਹਾਂ ਜੀ ਹਾਂ ਜੀ ਬਿਲਕੁਲ ਅੱਜਕੱਲ ਬੇਸ਼ੱਕ ਦਰਸ਼ਕੋ ਗੱਲਾਂ ਆਪਾਂ ਕਹਿ ਦਿੰਨੇ ਆ ਕਿ ਬੜੀ ਐਡਵਾਂਸ ਬੇਸ਼ੱਕ ਹੋ ਗਏ ਆ ਹੁਣ ਅੱਜਕੱਲ ਤਾਂ ਚੀਜ਼ਾਂ ਹੀ ਬਹੁਤ ਵਧੀਆ-ਵਧੀਆ ਆ ਗਈਆਂ ਕਿ ਮੈਂ ਕਹਿੰਨਾ ਆ ਅੱਧਾ ਪਿੰਡ ਢਾਲ ਦਿੰਦਾ ਅੱਧਾ ਪਿੰਡ ਕੀ ਅੱਧਾ ਸ਼ਹਿਰ ਢਾਲ ਦਿੰਦਾ ਆ ਆਵਾਜ਼ ਨਹੀਂ ਹੋ ਜਾਂਦੀ ਆ ਪਰ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਆ ਜਾਂਦੀ ਆ ਕਿ ਸ਼ੋਰ ਸ਼ਰਾਬਾ ਜ਼ਿਆਦਾ ਏ ਦਿਲ ਦਾ ਸਕੂਨ ਜਿਵੇਂ ਆਪਾਂ ਕਹਿੰਦੇ ਨੇ ਕਿ ਮਿੱਠੀ ਜੀ ਆਵਾਜ਼ ਜਿਹੜੀ ਉਹ ਮਿੱਠੀ ਜੀ ਆਵਾਜ਼ ਆ ਉਹ ਇਹ ਹਾਰਨਾ ਦੇ ਵਿੱਚੋਂ ਹੀ ਨਿਕਲਦੀ ਆ ਜਦੋਂ ਇਹੋ ਜਿਹੀਆਂ ਚੀਜ਼ਾਂ ਆਪਾਂ ਅਸਲ ਜ਼ਿੰਦਗੀ ਦੇ ਵਿੱਚ ਦੇਖਦੇ ਆਂ ਤਾਂ ਇੱਕ ਸਕੂਨ ਜਾਂ ਮਿਲਦਾ ਹੈ ਬੰਦੇ ਨੂੰ ਨਾ ਇੱਕ ਠੰਡ ਜੀ ਪੈਂਦੀ ਆ ਮਨ ਦੇ ਵਿੱਚ ਕਿ ਹਾਂ ਕਿ ਜਿਹੜੀਆਂ ਗੱਲਾਂ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਨੇ ਉਹ ਗੱਲਾਂ ਆਪਾਂ ਅਸਲ ਦੇ ਵਿੱਚ ਜਦੋਂ ਦੇਖੀਆਂ ਨੇ ਤਾਂ ਉਹ ਦੌਰ ਕਿੰਨਾ ਵਧੀਆ ਰਿਹਾ ਹੋਊਗਾ ਹਰਦੀਪ ਜੀ ਫਿਰ ਪ੍ਰੋਗਰਾਮ ਲਾਣ ਜਾਂਦੇ ਹੋ ਕਿੰਨੀ ਦੂਰ ਦੂਰ ਤੱਕ ਚਲੇ ਜਾਂਦੇ ਹੋ ਫਿਰ ਬੜੀ ਦੂਰ ਦੂਰ ਤੱਕ ਉਹ ਆ ਤੇ ਜੀ ਨਾ ਕਮਾਦਾ ਸਾਰਾ ਹੀ ਫਿਰ ਪੰਜਾਬ ਹਾਂ ਜੀ ਹਾਂ ਪੰਜਾਬ ਚ ਦਾ ਪੰਜਾਬ ਤੋਂ ਬਾਹਰ ਨਹੀਂ ਜੀ ਬਾਹਰ ਨਹੀਂ ਜੀ ਬਾਹਰ ਹਾਲੇ ਉੱਥੇ ਰਹਿੰਦਾ ਹੈ ਬਾਹਰ ਦਾ ਮੇਰੀ ਉਹ ਵੀਡੀਓ ਦੇਖਦੇ ਆ ਬੱਚੇ ਫੋਨ ਕਰੀ ਜਾਂਦੇ ਬਾਹਰੋਂ ਵੀ ਤਵੇਂ ਆਲੇ ਵੀ ਆ ਤਵੇਂ ਦੇ ਦਿਓ ਜੀ ਪੈਸੇ ਭੇਜ ਦਿੰਨੇ ਆ ਤੁਹਾਡੇ ਕੋਲ ਕਿਆ ਸਾਰੇ ਹੀ ਤਵੇਂ ਦੇ ਦਿਓ ਹੈ ਹਾਂ ਜੀ ਆ ਦੇ ਦਿਓ ਜੀ ਪਰ ਨਹੀਂ ਨਾ ਜੀ ਨਾ ਜਿੰਨਾ ਚਿਰ ਆਪਣਾ ਹੋ ਗਿਆ ਜੀ ਉਹਨਾਂ ਚ ਤਾਂ ਆਪਣ ਦੇਣੇ ਨਹੀਂ ਹੈਗੇ ਜੀ ਜਿੰਨਾ ਟਾਈਮ ਹੈਗੇ ਆ ਉਹਨਾਂ ਟਾਈਮ ਹਾਂ ਜੀ ਹਾਂ ਉਹਨਾਂ ਜੱਟਾ ਹੁਣ ਚੱਲਦਾ ਰਹਿਣਾ ਜੀ ਪ੍ਰੋਗਰਾਮ ਲਾਣੇ ਉਹਨੇ ਫਿਰ ਜੇ ਜਾਣੇ ਆਪਾਂ ਕਿਤੇ ਦੂਰ ਦਰਾਂ ਦੇ ਜਿਹੜੇ ਹੁਣ ਚੱਲਦੇ ਰਹਿੰਦੇ ਨੇ ਜੀ ਜੇ ਕੋਈ ਕੋਈ ਦਰਸ਼ਕ ਦੇਖ ਰਹੇ ਹੋਣ ਕੋਈ ਮੋਬਾਈਲ ਨੰਬਰ ਆਪਣਾ ਦੇ ਦਿਓ ਫਿਰ ਮੋਬਾਈਲ ਨੰਬਰ ਜੀ 85913 17827 ਦੁਬਾਰਾ ਇੱਕ ਵਾਰ 85913 17827 ਬਿਲਕੁਲ ਹਰਦੀਪ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਤੇ ਬਹੁਤ ਵਧੀਆ ਚੀਜ਼ ਆ ਇਹ ਅੱਜ ਕੱਲ ਤਾਂ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਇੱਕ ਜੀ ਆਪਾਂ ਸੁਣਾ ਦਈਏ ਫਿਰ ਤੁਹਾਨੂੰ ਇੱਕ ਮੈਂ ਕਹਿੰਦਾ ਸੁਣਾ ਦੋ ਲੈ ਸਾਡੇ ਜੀ ਤਿੰਨ ਪਿੰਡਾਂ ਨਾਲ ਜੀ ਮਸ਼ਹੂਰ ਨੇ ਇਹ ਜੀ ਹਾਂ ਕੀ ਆਪੜਾ ਪਹਿਲਾ ਨੰਬਰ ਚਾਪੜ ਜੀ ਹੂੰ ਫੇਰ ਸੀੜ ਤੀਜੇ ਨੰਬਰ ਦੇ ਜੋਗੀਪੁਰ ਜੀ ਜੋਗੀਪੁਰ ਹਾਂ ਇੱਕ ਇਹ ਪੁੱਛੋ ਕਿਵੇਂ ਮੁਸੀਹਤ ਨਹੀਂ ਕਿਵੇਂ ਜੀ ਮੈਂ ਦੱਸ ਦੱਸੋਈ ਇਹ ਨਾ ਜੀ ਆਈ ਕਨਨ ਨਹੀਂ ਦੱਸ ਮੈਨੂੰ ਹਾਂ ਪਿੰਡ ਚਾਪੜ ਵਿੱਚ ਹੂੰ ਦਵਾਨ ਬਾਬਿਆਂ ਦਾ ਲੱਗਦਾ ਜੀ ਮਾਰਚ ਦੇ ਮਹੀਨੇ ਵਿੱਚ ਹੂੰ ਸੀੜ ਮੇਲਾ ਸੀਤਲਾ ਮਾਤਾ ਦਾ ਲੱਗਦਾ ਜੀ ਲੱਗਦਾ ਜੀ ਹਾਂ ਜੀ ਅੱਜ ਵੀ ਹਰਦੀਪ ਜੋਗੀਪੁਰ ਇਹਦਾ ਸਪੀਕਰ ਮੰਜੇ ਜੋੜ ਕੇ ਲੱਗਦਾ ਜੀ। ਅਰੇ ਵਾਹ ਵੀ ਵਾਹ। ਕੀ ਬਾਤ ਆ ਮੇਰੇ ਅੱਜ ਵੀ ਲੱਗਦਾ। ਇਸ ਕਰਕੇ ਤਿੰਨ ਪਿੰਡ ਮਸ਼ਹੂਰ ਨਹੀਂ ਸਾਡੇ। ਤਿੰਨੇ ਪਿੰਡ ਤਾਂ ਹੀ ਮਸ਼ਹੂਰ ਨੇ। ਤੇ ਇਹ ਜਿਹੜਾ ਕਹਿੰਦੇ ਜੋਗੀਪੁਰ ਮੇਨ ਮਸ਼ਹੂਰ ਫਿਰ ਹਰਦੀਪ ਦਾ ਜਿਹੜਾ ਮੰਜੇ ਜੋੜ ਕੇ ਸਪੀਕਰ ਲੱਗਦਾ ਉਹਦੇ ਕਰਕੇ ਹੀ ਆ। ਹਾਂਜੀ ਹਾਂਜੀ। ਤੇ ਮੈਂ ਵੀ ਦਰਸ਼ਕਾਂ ਤੋਂ ਇਹੀ ਉਮੀਦ ਰੱਖੂੰਗਾ ਕਿ ਤੁਹਾਨੂੰ ਵੀ ਗੱਲਬਾਤ ਵਧੀਆ ਲੱਗੀ ਹੋਊਗੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਤਵੇ ਦੀ ਰਿਕਾਰਡਿੰਗ ਅਸੀਂ ਅਲੱਗ ਤੋਂ ਪਾਵਾਂਗੇ ਆਪਣੇ ਚੈਨਲ ਦੇ ਉੱਤੇ ਤੁਸੀਂ ਉਹ ਜ਼ਰੂਰ ਸੁਣਨਾ ਬਾਈ। ਉਮੀਦ ਇਹ ਰੱਖਾਂਗੇ ਤੁਹਾਨੂੰ ਵੀ ਗੱਲਬਾਤ ਵਧੀਆ ਲੱਗੀ ਹੋਊਗੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖਾਨ ਨੇ ਬਹੁਤ ਜ਼ਿਆਦਾ ਦੇ ਦੇ ਰਹੇ ਰਹਿਮਨ ਟੀਵੀ ਧੰਨਵਾਦ